ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮ੍ਰਿਤ ਬਾਜਵਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਨੇ ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਜਿਨ੍ਹਾਂ ਦੇ ਵਿੱਚ ਟੈਲੈਂਟ ਹੁੰਦਾ ਹੈ ਜਾਂ ਕੋਈ ਹੁਨਰ ਹੁੰਦਾ, ਉਹ ਆਪਣੇ ਆਪ ਨਿਖਰ ਹੀ ਜਾਂਦੇ ਨੇ। ਤੁਹਾਨੂੰ ਪਤਾ ਹੈ ਕਿ ਕੋਵਿਡ-19 ਦੇ ਕਾਰਨ ਇਸ ਸਮੇਂ ਸਕੂਲ ਕਾਲਜ ਸਭ ਬੰਦ ਆ। ਸੋ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਇਹ ਸ਼ੁਰੂਆਤ ਕੀਤੀ ਕਿ ਅਸੀਂ ਜਿਸੀ ਟੀਵੀ ਦੇ ਥਰੂ ਕਿ ਅਸੀਂ ਜੋ ਔਨਲਾਈਨ ਕੰਪੀਟੀਸ਼ਨਸ ਆ ਉਹਨਾਂ ਨੂੰ ਕਰਵਾਇਆ ਜਾਏ। ਸੋ ਇਸੇ ਲਈ ਤੁਸੀਂ ਘਰ ਬੈਠੇ ਆਪਣੀਆਂ ਵੀਡੀਓਜ਼ ਜੋ ਨੇ ਉਹ ਸਾਨੂੰ ਸੈਂਡ ਕਰ ਰਹੇ ਹੋ ਅਤੇ ਅਸੀਂ ਇਹ ਕੰਪੀਟੀਸ਼ਨ ਜਿਹੜੇ ਆ ਉਹ ਕਰਵਾ ਰਹੇ ਹਾਂ। ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਹਿਲਾ ਕੰਪੀਟੀਸ਼ਨ ਯਾਨੀ ਫੋਕ ਸਿੰਗਿੰਗ ਕੰਪੀਟੀਸ਼ਨ ਕਰਵਾ ਚੁੱਕੇ ਹਾਂ ਅਤੇ ਅੱਜ ਸਾਡੇ ਕੋਲ ਐਂਟਰੀਜ ਪਹੁੰਚ ਚੁੱਕੀਆਂ ਨੇ ਸਾਡੇ ਦੂਸਰੇ ਕੰਪੀਟੀਸ਼ਨ ਲਈ। ਸੋ ਸਾਡਾ ਦੂਸਰਾ ਕੰਪੀਟੀਸ਼ਨ ਸੀਗਾ ਜੀ ਫਾਈਨ ਆਰਟਸ ਕੰਪੀਟੀਸ਼ਨ। ਅਤੇ ਮੈਂ ਤੁਹਾਨੂੰ ਦੱਸਦਾ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਆਉਂਦੇ ਜਿਹੜੇ ਜਿੰਨੇ ਵੀ ਸਕੂਲਸ ਨੇ ਉਹਨਾਂ ਦੇ ਸਟੂਡੈਂਟਸ ਨੇ ਸਾਨੂੰ ਐਂਟਰੀਜ ਭੇਜ ਦਿੱਤੀਆਂ ਹੋਈਆਂ ਨੇ। ਸੋ ਅੱਜ ਅਸੀਂ ਉਹਨਾਂ ਸਟੂਡੈਂਟਸ ਦੀਆਂ ਪਰਫੋਰਮੈਂਸਿਸ ਨੂੰ ਵੇਖਾਂਗੇ। ਸੋ ਫਾਈਨ ਆਰਟਸ ਮੁਕਾਬਲੇ ਦੇ ਵਿੱਚ ਪਹਿਲਾ ਕੰਪੀਟੀਸ਼ਨ ਸੀ ਜੀ ਰੰਗੋਲੀ, ਦੂਜਾ ਸੀਗਾ ਵਾਲ ਔਰ ਡੋਰ ਹੈਂਗਿੰਗ, ਅਤੇ ਤੀਜਾ ਸੀਗਾ ਬੈਸਟ ਆਊਟ ਆਫ ਵੇਸਟ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਮੁਕਾਬਲਾ। ਪਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜੱਜਮੈਂਟ ਕਿਸ ਬੇਸਿਸ 'ਤੇ ਹੋਣੀ ਆ। ਜਿੱਦਾਂ ਪਿਛਲੀ ਵਾਰ ਅਸੀਂ ਵੋਟਿੰਗ ਰੱਖੀ ਸੀ, ਇਸ ਵਾਰ ਵੀ ਅਸੀਂ ਵੋਟਿੰਗ ਜਿਹੜੀ ਆ ਉਹਨੂੰ ਕੰਟੀਨਿਊ ਕਰ ਰਹੇ ਹਾਂ। ਸੋ ਇਸ ਵਾਰ ਇਹ ਜੱਜਮੈਂਟ ਹੋਊਗੀ ਜੀ 80-20 ਦੇ ਹਿਸਾਬ ਨਾਲ, ਯਾਨੀ 80% ਤਾਂ ਜੱਜਿਸ ਡਿਸਾਈਡ ਕਰਨਗੇ ਕਿ ਵਿਨਰਸ ਕੌਣ ਹੋਣਗੇ, ਪਰ 20% ਤੁਹਾਡੇ ਹੱਥ ਵਿੱਚ ਆ। ਸੋ ਤੁਹਾਨੂੰ ਲੱਗਦਾ ਹੈ ਕਿ ਅਗਰ ਕੋਈ ਪਾਰਟੀਸਪੈਂਟ ਜਿਹੜਾ ਬਹੁਤ ਅੱਛਾ ਪਰਫੋਰਮ ਕਰ ਰਿਹਾ ਤਾਂ ਉਸਦਾ ਟੀਮ ਨੰਬਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਅਤੇ ਉਹਨੂੰ ਵੋਟ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਕੰਪੀਟੀਸ਼ਨ ਸ਼ੁਰੂ ਕਰਦੇ ਹਾਂ ਜੀ ਅਸੀਂ ਰੰਗੋਲੀ ਦਾ, ਅਤੇ ਦੇਖਦੇ ਹਾਂ ਕਿ ਇਹ ਬੱਚੇ ਰੰਗਾਂ ਦੇ ਨਾਲ ਆਪਣੀ ਕ੍ਰੀਏਟੀਵਿਟੀ ਕਿੱਦਾਂ ਜ਼ਾਹਿਰ ਕਰਦੇ ਨੇ। ਸੋ ਇਸ ਦੇ ਨਾਲ ਹੀ ਮੈਂ ਆਪਣਾ ਪਹਿਲਾ ਸੱਦਾ ਦਿੰਦੀ ਹਾਂ ਜੀ ਟੀਮ ਨੰਬਰ 1 ਨੂੰ।
सो इस नाल साडे जो रंगोली कॉम्पीटिशन दे पार्टिसिपेंट्स आ वो अपनी परफॉर्मेंसिस दे चुके ने हुण ये फर्ज तुहाडा बनता है कि तुहानू जिहदी वी रंगोली वधिया लगी आ तुसीं उस टीम का नंबर जिहड़ा आ वो थले कमेंट सैक्शन दे विच मैनशन करो ये याद रखियो कि स्कूल का नाम जां बच्चे का नाम तुसीं मैनशन नहीं करना इस दे नाल ही असीं अपना दूसरा मुकाबला शुरू करते हैं जो कि है बॉल और डोर हैंगिंग Thank you.
ਤੁਸੀਂ ਦੇਖ ਸਕਦੇ ਹੋ ਕਿ ਸਾਡੇ ਰੰਗੋਲੀ ਤੇ ਜਿਹੜਾ ਵਾਲ ਔਰ ਡੋਰ ਹੈਂਗਿੰਗ ਕੰਪੀਟੀਸ਼ਨ ਉਹ ਖਤਮ ਹੋ ਚੁੱਕੇ ਆ। ਸੋ ਇਸ ਦੇ ਨਾਲ ਹੀ ਸਾਡਾ ਜੋ ਲਾਸਟ ਵਾਲਾ ਕੰਪੀਟੀਸ਼ਨ ਸੀਗਾ ਉਹਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਉਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਦੋਂ ਚੰਡੀਗੜ੍ਹ ਜਾਂਦੇ ਹਾਂ ਤਾਂ ਉੱਥੋਂ ਦਾ ਜਿਹੜਾ ਰੌਕ ਗਾਰਡਨ ਆ, ਜਦੋਂ ਉੱਥੇ ਅਸੀਂ ਜਾਂਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਵੇਸਟ ਮਟੀਰੀਅਲ ਤੋਂ ਨੇਕਚੰਦ ਜੀ ਨੇ ਕਿੰਨੀ ਵਧੀਆ ਕ੍ਰੀਏਟੀਵਿਟੀ ਦੇ ਨਾਲ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਜਿਨ੍ਹਾਂ ਨੂੰ ਵੇਖ ਕੇ ਸਾਡੀ ਰੂਹ ਖੁਸ਼ ਹੋ ਜਾਂਦੀ ਆ।
ਸੋ ਅਗਲਾ ਜੋ ਸਾਡਾ ਮੁਕਾਬਲਾ ਹੈ ਉਹ ਇਸ ਦੇ ਨਾਲ ਹੀ ਮੁਤਲਕ ਰੱਖਦਾ। ਸੋ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਲਾਸਟ ਯਾਨੀ ਕਿ ਥਰਡ ਰਾਊਂਡ ਜਿਹੜਾ ਸ਼ੁਰੂ ਹੋਣ ਵਾਲਾ ਹੈ ਮੁਕਾਬਲੇ ਦਾ ਉਹ ਹੈ ਜੀ ਬੈਸਟ ਆਊਟ ਆਫ ਵੇਸਟ। ਸੋ ਵੇਖਦੇ ਹਾਂ ਕਿ ਇਹ ਜੋ ਬੱਚੇ ਨੇ ਇਹ ਆਪਣੀ ਕ੍ਰੀਏਟੀਵਿਟੀ ਨੂੰ ਕਿੱਦਾਂ ਜ਼ਾਹਿਰ ਕਰਦੇ ਨੇ। ਤੇ ਸ਼ੁਰੂ ਕਰਦੇ ਹਾਂ ਸਾਡਾ ਲਾਸਟ ਮੁਕਾਬਲਾ ਯਾਨੀ ਬੈਸਟ ਆਊਟ ਆਫ ਵੇਸਟ।
क्यों सोचे कि जिंदगी में क्या होगा, क्यों सोचे कि जिंदगी में क्या होगा, कुछ ना होगा तो तजुर्बा होगा। ये जो बच्चे पार्टिसिपेट कर रहे ने, ये जरूरी नहीं कि इन्हां विचों सारे फर्स्ट आने ने जां सारे सैकेंड आने आ। जरूरी गल ये कि बच्चे जिहड़े ने ये इन्ने स्कूल दे विचों ये पार्टिसिपेट कर रहे ने ते अपने स्कूल नूं रिप्रजेंट कर रहे ने। सो साडे अज दे कॉम्पीटिशन जिहड़े ने उह खत्म हो चुके ने, हुण इह तुहाडे हत्थ विच आ, यानी वोटिंग दे जरिए तुसीं अपने स्कूल नूं जां जिहड़ा कोई तुहानूं लगदा पार्टिसिपेंट कि उह डिजर्विंग आ उहनूं जिता सकदे। सो इहदे लई तुसीं साडी जो वीडियो आ उहनूं लाइक करना, कमेंट सैक्शन दे विच कमेंट करना, यानी टीम नंबर लिखना, वीडियो नूं तुसीं शेयर भी कर सकदे हो ते इस दे नाल ही चैनल नूं सबसक्राइब करना। सो मैं तुहानूं दस दिंदी हाँ कि जो वोटिंग आ उह 20 दसंबर यानी 20 दसंबर राती 12 बजे तक ओपन आ। सो उदों तक तुसीं कमेंट्स कर सकदे हो। सो जल्दी मिलते हैं जी एक नवे विषय के नाल ते एक नवी वीडियो के नाल। उदों तक देखते रहो तुहाडा अपना KCGC TV।